सूरजा किधर वाक आती तू? किन्ने दिन हो गए? वो किन्ने दिन हो गए मेरे साल दे गिट्टे आए हो जाते थे जिम्मे फ्रिज च तरे होंगे ने। आ जा कर मेरा वीर, तू भी साडे अफसर वर्गा लीडर वर्गा बन रहे हैं। जी करे आ जाता, जी करे ना आता। तेरे बिना अमलिया का सरदा नहीं है, तू इतनी हड पिगड़ते साडे का। आ जा कर मेरा वीर, चाहे बापू का हाल है आ जा कर, करता तू धक्की है साडे नाल। आज अख नहीं खोलन दिंदा हूँ। ये तेरा एक होर भी डंड है, जिते तू आने लग जाने साला मच्छर भी आने लग जाता। मेरे साले जल कीड़े लिकड़े है, डंड कड़ा एक है। चल आ जा कर मीरिया, आ जा कर। मेरे साले जी ने माड़ा सूर नहीं लिकड़ दिता। आ चक लिया चादर, कदे कुछ तो था आई नहीं पुछती भी मेरे सरदार जी तेरी टू ही टाई मासा था, तेरे टू लाना गोपी था ना, कोई बाह वास्ता नहीं, इन्हें कहाँ सेवा करनी ना। सौ लगे भी रहा, मैं तेरे ता हाड़े कड़ना। वो पसलियाँ ठंड नाल आए हो जाती ना, जिमें ओटे ते पई मूली आए हो जाती है। यह देख लियो हरे कदे ओटे ते मूली तड़की नूं आए हो जाती पई हुंदी है। चल जा कर मेरा भी रहा, चल जा कर मेरे लेके घरवाली से कमी मिल गई है। ऐ बाबू घर हर गए हुए कंजर दे के, तू भी टू टायर ते लै गया होवे ओनू सूरजी नूं। ਤੇ ਕਿਹਦੇ ਨਾਲ ਗੱਲਾਂ ਕਰੀ ਜਾਂਦਾ ਇਕੱਲਾ ਹੀ? ਮੇਰੀ ਗੱਲ ਸੁਣ, ਮੈਂ ਨਹੀਂ ਜਾਂਦਾ ਪਿਆ ਉਹਨਾਂ ਕੰਦਰਾਂ ਦੇ, ਮੇਰੀ ਨਹੀਂ ਕਰਦੇ ਉਹ ਸੇਵਾ ਪੂਰਾ ਵੀ ਨਾ, ਮੇਰੀ ਨਾ ਮੇਰੀ ਕੋਰੀ ਨਾ, ਮੈਂ ਵਿਆਹ ਨਹੀਂ ਜਾਂਦਾ ਹੈਗਾ। ਆਪਦਾ ਤੂੰ ਬਗਜੀ ਦੂਰੀ ਦਾ ਪ੍ਰਤਾਪ ਚੱਕ ਕੇ ਆਪਦਾ ਇਹਨੂੰ ਵੀ ਲੈ ਜਾ ਕੁੱਤੀ ਜੀ ਨੂੰ। ਮੈਂ ਮੇਰੀ ਗੱਲ ਸੁਣ, ਲੈ ਜਾਣੇ ਆ। ਇੱਕ ਤਾਂ ਤੂੰ ਇਹੋ ਜਿਹੀ ਲੱਤ ਤੋਂ ਤਾਂ ਸੀਗਾ ਹੀ ਸੀਗਾ, ਆਹ ਲਾ ਲਾ ਮਰ ਜਾਣੇ ਆ, ਆਹ ਲਾ ਲਾ ਇਹਨੂੰ ਮਰ ਲਾ। ਹੁਣ ਕਿਹਨੂੰ ਕਰ ਲਾ ਮੈਂ ਤੈਨੂੰ ਕੰਮ ਤੈਨੂੰ ਕਦੋਂ ਆਖਿਆ ਵੀ ਤੂੰ ਕਤਲ ਕਰਿਆ ਕਿਸੇ ਦਾ? ਮੈਂ ਤੈਨੂੰ ਕਦੋਂ ਆਖਿਆ? ਹੈਲੋ, ਹਾਏ ਮੈਂ ਮਰ ਜਾ ਵੇ ਲੈ ਜਾਣਿਆ। ਉਰੇ ਫੜਾ ਉਰੇ ਫੜਾ ਇਹਨੂੰ, ਆਪਦੇ ਸਮਾਰ ਕੇ ਲਾ ਲਾ, ਚੱਲ ਆ ਇਹਨੂੰ ਹੁਣ ਬੋਲ। ਹੈਲੋ, ਵੇ ਸੁਣ ਗਿਆ ਕੁਛ? ਹਾਏ ਹਾਏ ਮੈਂ ਕੀ ਕਰਾਂ ਬੇ ਤੇਰਾ, ਮੈਂ ਕੀ ਕਰਾਂ? ਮੈਂ ਤੈਨੂੰ ਕਦੋਂ ਕਿਹਾ ਵੀ ਤੂੰ ਮਰੇ? ਮੈਂ ਬੇ ਇਹਨੂੰ ਮਰ ਲਾ ਪਸਾ ਲਾ ਇਹਨੂੰ ਕਿਤੇ ਲੈ ਜਾਣਿਆ। ਆਹਦੀ ਇਹਦੀ ਕਿੱਲੀ ਮੋਰੀ ਇਹਦੀ ਅੱਡ ਹੁੰਦੀ ਹੈ, ਇੱਕੇ ਮੋਰੀ ਚ ਇੱਕ ਫਸਦਾ ਹੁੰਦਾ। ਹੈਲੋ, ਸੁਣ ਗਿਆ? ਹੈਲੋ ਹੈਲੋ ਹੈ ਰੱਬਾ, ਜਿਆਦਾ ਮੈਂ ਚੱਕ ਲਾ। ਠੀਕ ਹੈ ਜੀ, ਹੈ ਕੀ ਕਹਿੰਦੀ? ਚੱਕ ਦੁਬਾਰੇ ਕਹੀ, ਦੁਬਾਰੇ ਕਿਹਨੂੰ ਕਹਿੰਦੀ ਤੀ? ਬੇ ਕੁਛ ਨਹੀਂ ਕੁਛ ਨਹੀਂ, ਮੈਂ ਤਾਂ ਤੈਨੂੰ ਐਂ ਕਹਿੰਦੀ ਹਾਂ ਵੀ ਬਾਲੀ ਪਕਾਈ ਨਾ ਮਾਰਿਆ ਕਰ। ਐਂ ਕਰ, ਪਹਿਲਾਂ ਉਹ ਕਹੇ ਰੱਬ ਨੂੰ ਕਹਿੰਦੀ ਚੱਕ ਲਾ ਮੈਨੂੰ ਕਹੀ ਦੁਬਾਰੇ। ਉਹ ਤਾਂ ਮੈਂ ਐਂ ਕਹਿੰਦੀ ਸੀ ਵੀ ਮੈਨੂੰ ਚੱਕ ਲਾ, ਮੈਨੂੰ ਚੱਕ ਲਾ, ਮੈਂ ਤੇਰੇ ਨਾਲ ਮੱਥਾ ਨਹੀਂ ਮਾਰ ਸਕਦੀ। ਐਂ ਕਰਦੇ ਰੱਬਾ ਰੰਦਾ ਮੈਨੂੰ, ਇਹ ਕਰਦੇ ਰੱਬਾ ਰੰਦਾ ਮੈਨੂੰ। ਓਏ ਬੇ ਤੂੰ ਚਪੇੜਾ ਨਾ ਖਾ ਲਈ, ਆਏ ਨਹੀਂ ਮੈਂ ਜਾਂਦੀ ਹੈਗੀ, ਆਏ ਨਹੀਂ ਮੈਂ ਜਾਂਦੀ। ਜਿੰਨਾ ਚਿਰ ਮੈਂ ਨਹੀਂ ਨਾ ਮਰਦੀ ਨਹੀਂ ਨਾ, ਉਨਾ ਚਿਰ ਨਾ ਤੈਨੂੰ ਜਾਣ ਦੇ ਮੈਂ ਨਾ ਮੈਂ ਜਾਵਾਂ। ਕਿਹਨੂੰ ਕਰੇਂਗੀ ਤੂੰ ਹੁਣ? ਕਿਸੇ ਨੂੰ ਵੀ ਨਹੀਂ, ਮੈਂ ਕਿਹਨੂੰ ਕਰਨਾ? ਲੈ ਜਾਣਾ ਚਪੇੜਾ ਨਾ ਖਾ ਲਈ। ਹੈਲੋ ਹੈਲੋ ਹੈਲੋ, ਕਿਹਨੂੰ ਕਹਿੰਦੇ? ਕਿਹਨੂੰ ਕਰੇਂਗੀ? ਮੇਰੇ ਜਿਉਂਦੇ ਜੀ ਕਰ ਲੇਂਗੀ ਕਿਸੇ ਨੂੰ? ਬੇ ਮੈਂ ਤੈਨੂੰ ਕਦੋਂ ਕਿਹਾ ਹੈ ਇਹਨੂੰ ਲਾ ਲਾ। ਹੈਲੋ ਲਾ ਲਾ ਰੱਬਾ ਬਸ ਲਾ ਲਾ। ਹਾਂ ਠੀਕ ਹੈ ਠੀਕ ਹੈ, ਲੱਗ ਗਈ ਲੱਗ ਗਈ ਠੀਕ ਹੈ। ਹੈਲੋ ਹਾਂ, ਮੈਂ ਤੈਨੂੰ ਕਦੋਂ ਕਿਹਾ? ਮੈਂ ਤੈਨੂੰ ਕਿਹਾ? ਹੈਲੋ 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 ਹੈਲੋ, ਬੇ ਮੇਰੀ ਗੱਲ ਸੁਣ ਬੇ, ਲੈ ਜਾਣੇ ਆ। ਹਾਏ ਬੇ ਤੈਨੂੰ ਤਾਂ ਬੋਲੇ ਚ ਵੀ ਕੋਈ ਫਾਇਦਾ ਨਹੀਂ ਬੇ, ਇਹਨੂੰ ਲਾ ਕੇ ਬੋਲੇਗਾ ਤਾਂ ਤੈਨੂੰ ਪਤਾ ਲੱਗੂ ਵੀ ਆਵਾਜ਼ ਆਉਂਦੀ ਆ ਕਿ ਨਹੀਂ। ਕੌਣ ਮਰ ਗਿਆ ਨੀ, ਇੰਜ ਕਪਾਲ ਕੇ ਜੱਗੇ ਨੂੰ ਕੀ ਹੋ ਗਿਆ ਨੀ? ਹਾਏ ਬੇ ਰੱਬਾ, ਬੇ ਮੈਂ ਤੈਨੂੰ ਕਦੋਂ ਆਖਿਆ ਵੀ ਉਹ ਮਰਿਆ? ਬੇ ਕਾਹਤੋਂ ਪਕਾਈ ਮਾਰੀ ਆ, ਇਹਨੂੰ ਠੀਕ ਕਰਾ ਲਾ। ਅੱਛਾ, ਤਾਈ ਮਰ ਗਈ ਜਗਪਾਲ ਦੀ? ਨਹੀਂ ਉਹ ਤਾਂ ਤਕੜੀ ਦੀ ਨੀ, ਸੌਂ ਲੱਗੇ ਕੱਲ ਮੋਢਾ ਪਲੂਸ ਕੇ ਗਈ, ਕਹਿੰਦੀ ਤਕੜਾ ਪੁੱਤ। ਮਹਾ ਹਾਂ ਤਾਈ ਤਕੜਾ। ਲਹਾਏ ਨਾ ਕਿੰਨੀ ਕਾਮੀ ਬੁੜੀ ਦੀ ਹੋ,
ਉਹ ਤਾਂ ਉਖਲੀ ਚ ਦੋ ਦੋ ਪਸੇਰੀਆਂ ਤਾਂ ਉਹ ਕੁੱਟ ਦਿੰਦੀ ਸੀ ਆਪਣੇ ਤਿਲ ਪਿੰਨੀਆਂ ਵਾਲੀਆਂ। ਤਾਈ ਤੂੰ ਤਾਂ ਯਾਦ ਰਹੇਗੀ ਸੌਂ ਲੱਗੇ ਮੇਰੇ ਤਾਂ, ਮੈਨੂੰ ਤਾਂ ਬਾਲਾ ਮੂੰਹ ਕਰਦੀ ਕਹਿੰਦੀ ਤਰਨਾੜ ਸਿਆਂ ਤੇਰੇ ਨਾਲ ਕਹਿੰਦੀ ਬਹੁਤ ਮਾੜੀ ਹੋਈ ਤੇਰੇ ਇਹੋ ਜਿਹੀ ਜਨਾਨੀ ਆਈ, ਮੇਰਾ ਤਾਂ ਬਾਲਾ ਕਰਦੀ ਸੀ ਉਹ। ਬੇ ਮੇਰੀ ਗੱਲ ਸੁਣ ਲਾ, ਬੇ ਗੱਲ ਸੁਣ ਲਾ, ਬੇ ਇਹਦੇ ਤੇ ਚਾਰ ਪੈਸੇ ਲਾ ਲਾ, ਇਹਦੇ ਪੈਸੇ ਲਾ ਲਾ, ਤੈਨੂੰ ਕੀ ਨਹੀਂ ਆਖਿਆ ਤਾਈ ਮਰੀ ਹੈ। ਫਿਰ ਮੈਂ ਤਾਈ ਇਹ ਕਹਿਣਾ, ਮੈਂ ਕਦੋਂ ਕਹਿਣਾ ਕੋਈ ਹੋਰ ਮਰ ਗਿਆ, ਤਾਈ ਮਰ ਗਈ, ਮਰ ਗਈ ਤੂੰ ਕਰੇ ਕਿ ਕਲੇਸ਼ ਕਿਉਂ ਕਰਦੀ ਆ, ਮਰ ਗਈ ਮਰ ਗਈ। ਬੇ ਮੈਂ ਤੈਨੂੰ ਆਖਿਆ ਨਹੀਂ ਮਰੀ, ਨਹੀਂ ਮਰੀ, ਨਹੀਂ ਮਰੀ, ਇਹਨੂੰ ਠੀਕ ਕਰਵਾ ਲਾ, ਮਰਨੇ ਠੀਕ ਕਰਵਾ ਲਾ, ਨਹੀਂ ਮਰੀ। ਮੈਨੂੰ ਲੱਗਦਾ ਮੈਨੂੰ ਸੁਣਿਆ ਨਹੀਂ ਨਾ। ਹੈਲੋ ਹੈਲੋ ਹੈਲੋ, ਹੈਲੋ ਹੈਲੋ ਹੈਲੋ, ਸੁਣ ਗਿਆ? ਹਾਂ ਬੇ, ਕੋਈ ਨਹੀਂ ਮਰਿਆ, ਨਾ ਤਾਈ ਮਰੀ ਆ, ਨਾ ਕੋਈ ਹੋਰ ਮਰਿਆ। ਹਾੜੇ ਰੱਬ ਦਾ ਵਾਸਤਾ, ਮੇਰੇ ਤੋਂ ਹੱਥ ਜੜਾ ਲਾ, ਇੱਥੇ ਚਾਰ ਪੈਸੇ ਲਾ ਲਾ, ਇੱਥੇ ਚਾਰ ਪੈਸੇ ਲਾ ਲਾ, ਕਿਉਂ ਮੈਨੂੰ ਮਰਨਿਆ, ਮੇਰੀ ਬਾਜ ਬੋਲ ਬੋਲ ਕੇ ਮੈਨੂੰ ਮਾਰੇਗਾ, ਮੈਨੂੰ ਮਾਰੇਗਾ। ਕਿੱਥੋਂ ਲਾ ਲਾ ਚਾਰ ਪੈਸੇ? ਤੂੰ ਤਾਂ ਬੀੜੀਆਂ ਪੀਣ ਨੂੰ ਨਹੀਂ ਦਿੰਦੀ, ਬੀੜੀਆਂ ਪੀ ਤੈਨੂੰ ਸਾਢੇ 25 ਦਿਨ ਹੋ ਗਏ। ਬੇ ਮੇਰੀ ਗੱਲ ਸੁਣ, ਆ ਦੇਖ ਸੁੱਖ ਨਾ ਤੇਰਾ ਰੰਗ ਕਿੰਨਾ ਬੱਗਾ ਬੱਗਾ ਨਿਕਲਿਆ ਪਿਆ, ਬੇ ਜੇ ਤੂੰ ਖਾਣਾ ਪੀਣਾ ਛੱਡਿਆ ਤਾਂ ਹੋਇਆ। ਬੇ ਪਹਿਲਾਂ ਤੇਰਾ ਖੂਨ ਇੰਨਾ ਗਾੜਾ ਸੀ ਸਹੁੰ ਰੱਬ ਦੀ, ਮੈਨੂੰ ਸਾਰੀਆਂ ਕਹਿੰਦੀਆਂ ਸੀ ਤੇਰਾ ਰੰਗ ਕਾਲਾ ਕੱਤ ਹੋ ਗਿਆ, ਬੇ ਹੁਣ ਤਾਂ ਤੂੰ ਆ ਗੰਦੇ ਜੇ ਕੱਪੜਿਆਂ 'ਚ ਵੀ ਕਿੰਨਾ ਸੋਹਣਾ ਲੱਗਦਾ ਦੇਖ। ਤੈਨੂੰ ਲੱਗਦਾ ਮੇਰੇ ਸਾਲੇ ਦੀ ਖੂਨ ਮੱਚ ਗਿਆ ਸਾਰਾ, ਸਾਰਾ ਪੀ ਗਈ ਤੂੰ ਸੌਣ ਲੱਗੇ? ਬੇ ਮੈਂ ਕਿਹੜਾ ਬੋਤਲ ਲਾਲੀ ਲੈ ਜਾਣਿਆ, ਬੋਤਲ ਲਾਲੀ ਮਰਨਿਆ ਪੀਣ ਨੂੰ, ਕਸਮ ਲੱਗਿਆ ਇੰਨਾ ਖੂਨ ਤੇ 20 ਦਿਨਾਂ ਬਾਅਦ ਤਾਂ ਕਸ਼ਮੀਰ ਛੁੱਟ ਜਾਂਦੀ ਸੀ ਮੇਰੀ। ਬੇ ਕਸ਼ਮੀਰ ਨਹੀਂ ਹੁੰਦਾ, ਨਸਕੀਰ ਹੁੰਦਾ, ਨਸਕੀਰ। ਹਾਂ ਕਸ਼ਮੀਰ ਹੀ ਛੁੱਟਦੀ ਹੁੰਦੀ ਆ ਫਿਰ। ਬੇ ਚੱਲ ਚੰਗਾ, ਤੇਰੀ ਤਾਂ ਕਸ਼ਮੀਰ ਹੀ ਠੀਕ ਹੈ। ਬਸ 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 ਠੀਕ ਆ ਠੀਕ ਆ ਠੀਕ ਆ, ਬੇ ਇਹਨੂੰ ਠੀਕ ਕਰ ਲਾ ਹੈ, ਆਪਣਾ ਇੱਧਰ। ਮੈਨੂੰ ਲੱਗਦਾ ਮੈਨੂੰ ਸੁਣ ਨਹੀਂ ਰਿਹਾ ਹੈ ਨਾ। ਤੂੰ ਕਰ, ਤੈਨੂੰ ਪਤਾ ਲੱਗੇ ਬੋਲ, ਆਵਾਜ਼ ਆਉਂਦੀ ਹੈ? ਮੇਰੀ ਆਵਾਜ਼ ਮੈਨੂੰ ਨੀ ਸੁਣ ਰਹੀ ਹੁੰਦੀ, ਮੇਰੀ ਆਉਂਦੀ ਆ? ਹੁਣ ਦੱਸ ਤੂੰ, ਹੈਲੋ ਕਰ, ਹੈਲੋ ਮਾੜਾ ਜਿਹਾ ਕਿਹੜਾ ਦੇਖ, ਹੈਲੋ ਕਰ, ਚੰਗਾ ਹੈਲੋ ਹੈਲੋ ਆ ਗਈ ਹੈਲੋ, ਪਿੱਛੇ ਪਿੱਛੇ ਮੋੜ, ਪਿੱਛੇ ਖਰਚਾ, ਹੁਣ ਦੱਸ ਆਉਂਦੀ ਆ? ਤੂੰ ਆਪ ਹੀ ਹਿਲਾਈ ਰੱਖ ਦੇ, ਰੱਖ ਦੇ, ਮੈਂ ਮੇਰੀ ਗੱਲ ਸੁਣ ਲਾ, ਮੈਂ ਤੈਨੂੰ ਐ ਕਹਿੰਦੀ ਆ ਵੀ ਇੱਥੇ ਚਾਰ ਪੈਸੇ ਲੈ ਕੇ ਇਹਨੂੰ ਠੀਕ ਕਰਵਾ ਲੈ, ਤੇ ਮੇਰਾ ਦਿਮਾਗ ਨਾ ਇੰਨਾ ਖਰਾਬ ਕਰਿਆ ਕਰ। ਉਹ ਕਹਿੰਦਾ ਸੀ ਮੈਨੂੰ ਬੰਤਾ, ਕੀ ਕਹਿੰਦਾ ਸੀ? ਕਹਿੰਦਾ ਮੈਂ ਜ਼ਮੀਨ ਦਾ ਠੇਕਾ ਦੇ ਕੇ ਜਾਊਂਗਾ, ਉਹਦੇ ਵਿੱਚੋਂ ਪਾਸੇ ਨਾਲ ਤਾਂ ਮਸ਼ੀਨ ਨਵੀਂ ਲਿਆਵਾਂਗੇ, ਹਾਂ ਨਾਲੇ ਇੱਕ ਐ ਕਰੀ, ਆ ਚੋਲੀ ਦਰਜੀ ਨੂੰ ਕਹਿ ਦੇ ਇੱਥੇ ਇੱਕ ਜੇਬ ਹੋਰ ਲਾ ਦੂ। ਤੂੰ ਕੀ ਕਰਾਉਣਾ ਵੇ? ਇੱਕ ਉਹਦੇ ਜਰਦੇ ਦੀ ਪੀੜ ਪੂਰੀ ਫਸ ਜੇ, ਇੱਕ ਮੰਦਲ ਫਸ ਜੇ, ਹੋਰ ਫਿਰ ਜੇਬਾਂ 'ਚ ਖਿੰਡੀ ਜਾਂਦਾ ਉਹ, ਇੱਕ ਪਾਸੇ ਲਟਕਾ ਲਿਆ ਕਰੂੰਗਾ ਮੈਂ। ਤੂੰ ਹੁਣ ਐਂ ਕਰ, ਤੂੰ ਤਾਂ ਉਹੀ ਬਹਿ ਗਈ ਉੱਪਰ, ਐਂ ਥੱਲੇ ਨਹੀਂ ਬਹਿਣ ਤੇ ਬੁਰਾ ਲੱਗ ਰਿਹਾ, ਤਾਂ ਮਾੜੇ ਸੌਣ ਹੁੰਦੇ ਥੱਲੇ ਬੈਠਣਾ, ਤੂੰ ਮੰਜੇ ਤੇ ਬਹਿ ਜਾ। ਮੈਂ ਨਹੀਂ ਬਹਿਣਾ ਇੱਥੇ, ਬਸ ਠੀਕ ਆ ਠੀਕ ਆ, ਵੇ ਇਹ ਤਾਂ ਕੁੱਤੇ ਵਾਲੀ ਹੈ, ਮੈਂ ਨਹੀਂ ਬਹਿਣਾ ਉੱਤੇ। ਤੇ ਮੈਨੂੰ ਮੈਨੂੰ ਰੋਜ਼ ਬਿਠਾ ਦਿੰਦੀ ਹੈ, ਤੇ ਤੇਰੇ 'ਚ ਕੁੱਤੇ 'ਚ ਕੀ ਫਰਕ? ਚੰਗਾ ਕੋਈ ਨਹੀਂ, ਚੰਗਾ ਚਾਹ ਲਿਆ ਬਣਵਾ ਕੇ। ਲੈ ਬੇ ਚਾਹ ਮੈਂ ਤੈਨੂੰ ਕਿੱਥੇ ਬਣਾ ਕੇ ਲਿਆ ਕੇ ਦੇਵਾਂ, ਕੋਈ ਪਸ਼ੂ ਡਾਂਡਾ ਤਾਂ ਆਪਣੇ ਘਰੇ ਨਹੀਂ ਹੈਗਾ ਹੈ, ਆ ਮਾੜਾ ਮੋਟਾ ਮੁੱਲ ਦਾ ਲਈਦਾ, ਉਹ ਇੱਕ ਟਾਈਮ ਚਾਹ ਬਣਦੀ ਆ, ਦੂਜੇ ਟਾਈਮ ਫੇਰ ਦੇਖੀ ਜਾਈਦਾ। ਨੀ ਪਸ਼ੂ ਇੱਕੇ ਬਥੇਰਾ ਹੁੰਦਾ। ਬੇ ਕਿੱਥੇ ਆ ਪਸ਼ੂ? ਤੂੰ ਪਸ਼ੂ? ਹਾਏ ਹਾਏ ਬੇ ਜਾਬੜਾ ਨਾ ਬਣਾ ਲੈ, ਤੂੰ ਮੈਨੂੰ ਮੈਨੂੰ ਕੁੱਤਾ ਕਹਿ ਸਕਦੀ ਆ, ਤੂੰ ਪਸ਼ੂ ਨਹੀਂ ਹੋ ਸਕਦੀ। ਬੇ ਚੱਲ ਬਹਿ ਜਾ ਬਹਿ ਜਾ, ਹਾਏ ਨੀ ਚਾਹ ਚੂਹ ਵਾਸਤੇ ਦੁੱਧ ਹੈ ਨਹੀਂ, ਨਹੀਂ ਮੈਂ ਬਣਾ ਲੈਂਦੀ, ਕੋਈ ਦੇਖਦੀ ਆ ਕਿਸੇ ਨੂੰ, ਕਹਿੰਦੀ ਆ ਕੋਈ ਡੰਗਰ ਪਸ਼ੂ ਇੱਕ ਅੱਧਾ ਲੈਣੀ ਆ, ਤਾਂ ਜਾ ਕੇ ਘਰੇ ਦੁੱਧ ਦਹੀਂ ਹੋਊਗਾ ਕੋਈ, ਫੇਰ ਹੀ ਕੋਈ ਗੱਲ ਬਣੂਗੀ। ਹਾਂ ਡੰਗਰ ਤਾਂ ਲੈਣਾ ਪਊਗਾ, ਮੈਂ ਤਾਂ ਚੱਟਾ ਚੱਟਾ ਹੋ ਗਿਆ, ਖੂਨ ਨਹੀਂ ਰਿਹਾ ਮੇਰੇ 'ਚ। ਮੇਰੀ ਮਾਂ ਹੁੰਦੀ ਸੀ, ਮੇਰੀ ਮਾਂ ਤਾਂ ਜੇ ਮੈਂ ਪਾਣੀ ਮੰਗਦਾ ਤਾਂ ਦੁੱਧ ਦਿੰਦੀ ਸੀ, ਜੇ ਦੁੱਧ ਮੰਗਦਾ ਤਾਂ ਖੋਆ ਦਿੰਦੀ ਸੀ। ਤੂੰ ਮੇਰੇ ਸਾਲੇ ਦੇ ਦੀ ਪਾਣੀ ਦਾ ਗਲਾਸ ਨਹੀਂ ਫੜਾਉਂਦੀ ਪਿਆਰ ਨਾਲ। ਬੇ ਉਹ ਜਵਾਨੇ ਹੋਰ ਸੀਗੇ,
ਉਦੋਂ ਤਾਂ ਪਸ਼ੂ ਢਾਂਡਾ ਸਾਂਭੀ ਜਾਂਦਾ ਸੀ ਪਰਿਵਾਰ ਰਲ ਕੇ, ਹੁਣ ਆਪਾਂ ਦੋ ਤਾਂ ਜਾਣੇ ਆ, ਦੱਸ ਮੈਂ ਪਹਿਲਾਂ ਤਾਂ ਤੇਰਾ ਸਿਆਪਾ ਕਰਨਾ ਪੈਂਦਾ ਤੇਰੀ ਦਾ। ਕੱਲ ਪਰਸੋਂ ਦੀ ਤਾਂ ਗੱਲ ਹੈ, ਇਹ ਕੀ ਦੱਸ ਹੱਲਿਆ ਮਿਲੇ ਦੀ ਗੱਲ ਹੈ, ਮੇਰੀ ਮਾਂ ਨੂੰ ਮਰਨ ਦਾ 2 ਸਾਲ ਹੋਏ ਨੇ ਅਜੇ। ਬੇ ਚੱਲ ਚੰਗਾ, ਕੋਈ ਪਸ਼ੂ ਢਾਂਡਾ ਦੇਖਦੇ ਆ, ਲਿਆਉਣੀ ਆ ਮੈਂ, ਕਹਿ ਨਹੀਂ ਆ ਕਿਸੇ ਨੂੰ, ਫੇਰ ਘਰੇ ਦੁੱਧ ਦਹੀਂ ਹੋਊਗਾ ਤਾਂ ਖੋਆ ਹੋਊਗਾ, ਤਾਂ ਗਲਾਸ ਭਰ ਭਰ ਕੇ ਦੁੱਧ ਪੀਵੇਂਗਾ, ਨਹੀਂ ਤਾਂ ਇਹਦੇ ਨਾਲ ਹੀ ਮੇਰਾ ਤਾਂ ਦਿਮਾਗ ਖਰਾਬ ਕਰੇਗਾ, ਤੇਰਾ ਤਾਂ ਹੋਇਆ ਹੀ ਹੋਇਆ। ਸੱਚੀ ਰੋਂਦੇ ਨੇ ਲੋਕ ਮਾਮਾ ਬਿਨਾ ਕੁਛ ਹੈ ਗੁਰਕਲ ਸੁਣ ਕੀ ਹੈ ਆ ਹੋਰ ਨਾ ਜੇ ਮੈਨੂੰ ਮੰਗਾ ਦੇ ਤਾਂ ਲੈ ਬੇ ਤਾਂ ਕੁੱਤਿਆਂ ਵਾਸਤੇ ਹੁੰਦਾ ਆਨਲਾਈਨ ਮੰਗਾਇਆ ਨਹੀਂ ਤਾਂ ਜਦੋਂ ਇਹਦੇ ਵਿੱਚ ਕੁੱਤਾ ਵੜ ਗਿਆ ਉਦੋਂ ਕੁੱਤਿਆਂ ਦਾ ਬਣਿਆ ਇਹ ਵੱਡੇ ਸਾਈਜ਼ ਚ ਮੰਗਾਇਆ ਤਾਂ ਐਲਐਕਸ ਸਾਈਜ਼ ਚ ਬੇ ਬਾਈ ਜਾ ਟੇਕ ਕੇ ਲੱਗਦਾ ਐਲਐਕਸ ਦਾ ਮੂੰਹ ਹੀ ਨਹੀਂ ਹਟਦਾ ਹੈਗਾ ਮੇਰੇ ਸਾਲੇ ਦੀ ਮੈਨੂੰ ਤਾਂ ਕੁੱਤਿਆਂ ਦਾ ਸਮਾਨ ਵੀ ਨਹੀਂ ਮੰਗਾ ਕੇ ਦਿੰਦੀ ਉਹ ਤੂੰ ਚੜ ਜਾ ਕਰਪਣ ਹੋਈਏ ਹੱਡ ਖੁੱਲ ਜਾਂਦੇ ਨੇ ਮਾੜਾ ਮੋਟਾ ਮੇਰਾ ਸਾਲਾ ਕਤੀੜ ਵੀ ਐਂ ਸੁਣੀ ਜਾਂਦਾ ਉਹ ਤੁਹਾਡੇ ਤਾਂ ਸੁੱਖ ਸਾਂਦ ਆ ਤੁਹਾਡੇ ਲਾਣੇ 'ਚ ਤਾਂ ਨਹੀਂ ਕੋਈ ਮਰਿਆ ਤੁਹਾਡੇ ਤਾਂ ਕੰਜਰ ਦੇ ਮਰਦੇ ਵੀ ਵਾਲੇ ਨੇ ਫੇਟਾਂ ਖਾ ਖਾ ਕੇ ਕਿਵੇਂ ਭੌਂਕਦੀ ਆ ਮੇਰੇ ਸਾਲੇ ਦੇ ਦੀ ਮੈਨੂੰ ਲੱਗਦਾ ਜਮੀ ਝੂਠਾ ਖਾ ਬੈਠੀ ਉਹਦਾ ਮੇਰੇ ਵਾਲੀ ਦਾ ਹੈ ਉਹਦੇ ਮੰਗੂ ਕਰਦੀ ਹੈ ਚੱਕ ਪੂਰਾ 40 ਹੈ ਤੇਰੀ ਘਰ ਵਾਲੀ ਨਾਲ ਗੱਲ ਹੋ ਗਈ ਸਹੀ ਚੱਕ ਤੇਰੀ ਜ਼ਮੀਨ ਦੀ ਓਏ ਕੰਜਰੋ ਤੁਸੀਂ ਹਨਾ ਪਿੰਡ ਵਾਲੋ ਜਮੀ ਚੰਦਰੇ ਹੋ ਰਹੇ ਤੁਸੀਂ ਓ ਮੇਰੇ ਕੋਲ ਪਹਿਲੀ ਸਾਈ ਦੇ ਦਿੱਤੀ ਮੇਰੇ ਕੋਲ ਕਿੱਥੇ ਆ ਪਰਾਲੀ ਇਹਦੇ ਹੁਣ ਬੋਲਾ ਪਾਈ ਆਪਣੇ ਲਵੇ ਨਾ ਬਾਸਮਤੀ ਦੀ ਪਰਾਲੀ ਨਾ ਊਸ਼ਾ ਦੀ ਕਾਸ ਦੀ ਪਰਾਲੀ ਨਹੀਂ ਹੈਗੀ ਆਪਣੇ ਲਵੇ ਓਏ ਬਾਈ ਤੈਨੂੰ ਨਹੀਂ ਪਤਾ ਤੇਰੇ ਘਰ ਵਾਲੀ ਨੂੰ ਉਰੇ ਬੁਲਾ ਲੈ ਮੇਰੇ ਲਵੇ ਉਹਨੂੰ ਪਤਾ ਹੈ ਮੇਰੇ ਘਰ ਵਾਲੀ ਨੂੰ ਤੇਰੇ ਲਵੇ ਕਿਵੇਂ ਲਾਦਾ ਤੇਰੀ ਭੈਣ ਦਾ ਘਰੇ ਆ ਕੇ ਕਹਿੰਦਾ ਮੇਰੇ ਘਰ ਵਾਲੀ ਨੂੰ ਮੇਰੇ ਕੋਲ ਲਾ ਦੇ ਤੇਰੀ ਨੂੰ ਭੈਣ ਦਾ ਮਲੰਗ ਕਮਾਲ ਕਰੀ ਜਾਂਦਾ ਤੂੰ ਯਾਰ ਮੇਰੇ ਓਏ ਯਾਰ ਮੈਂ ਆਏ ਨਹੀਂ ਕਿਹਾ ਆ ਲਾ ਠਾਣੇਦਾਰ ਲੱਗੀ ਹੋਈ ਭੁਗਤੀ ਤਾਂ ਮੇਰੀ ਮੈਨੂੰ ਫੜਾ ਕਿੰਨੇ ਪੈਸੇ ਨੇ 40,000 ਹੈ ਪੂਰਾ ਹਾਂ 4.25 ਕਿੱਲੇ ਜ਼ਮੀਨ ਆਪਣੀ ਦੱਸਤਾ ਹੋਣਾ ਤੈਨੂੰ ਹਾਂ ਹਾਂ ਆਹੋ ਹਾਂ ਬਸ ਕੋਈ ਨੀ ਤੇਰੀ ਹੋ ਗਈ ਜ਼ਮੀਨ ਹੋ ਗਈ ਐਂ ਤਾਂ ਗੱਲ ਹੋ ਗਈ ਹੋਣੀ ਮੈਨੂੰ ਪੁੱਛੇ ਬਿਨਾ ਗੱਲ ਨਹੀਂ ਕਰਦੀ ਹੈਗੀ ਉਹ ਯਾਰ ਪਤਾ ਉਹ ਤਾਂ ਮੈਨੂੰ ਆ ਪੈਸੇ ਸਮਾ ਦੀ ਨਾਲੇ ਸਮਾਨ ਨੂੰ ਮੈਂ ਆਪਦੇ ਜਿੰਦੇ ਗੁੰਜੀ ਹੇਠ ਰੱਖਦਾ ਯਾਰ ਕਮਾਲ ਕਰਦਾ ਨੂੰ ਯਾਰ ਠੀਕ ਚੱਲ ਮਾੜਾ ਚੰਗਾ ਬੋਲਿਆ ਹੋਇਆ ਮਾਫ ਕਰੀ ਕੱਟਾ ਵੇਚ ਮੱਝ ਵੇਚ ਝੋਟੀ ਵੇਚ ਫੰਡਰ ਮੱਝ ਵੇਚ ਪੈਸੇ ਤਾਂ ਪੂਰੀ ਹੋਣੀ ਪੰਡ ਕਰੋਂਡੀ ਲਾ ਕੇ ਆਈ ਹਰੇਕ ਦੇ ਵਾਰ ਕੇ ਫੜ ਕੇ ਗਿਣ ਲੱਗ ਜਾਇਆ ਕਰਾਂਗੇ ਮੱਚ ਜਾਣਗੇ ਸਾਰੇ ਤਾਂ ਮੱਚਦੀ ਬਹੁਤ ਨੇ ਆਂਢੀ ਗੁਆਂਢੀ ਜੇ ਮੇਰੇ ਸਾਲੇ ਸਰੀਕੀਆਂ ਨੂੰ ਚਾੜ ਕੇ ਆਉਣਾ ਤਾਪ ਵੀ ਇੰਨੇ ਪੈਸੇ ਨਹੀਂ ਜੱਟ ਲਵੇ ਕੀ ਪਤਾ ਲੱਗਦਾ ਆਉਂਦੇ ਆਉਂਦੇ ਪਾਲਾ ਛਾਲਾ ਹੋ ਜੇ ਚੱਲ ਮੈਂ ਆ
ਵੱਡ ਪੰਗਾ ਹੋ ਗਿਆ। ਯਾਰ ਦੀਪੇ ਪਾਣੀ ਪੀਣਾ ਹੀ, ਸਰਦਾਰ ਨੂੰ ਕਹਿ ਕੇ ਕਿਸੇ ਨੂੰ ਪਾਣੀ ਮੰਗੀ ਹੈ। ਕੱਤਾ ਵੇ ਝੋਟੀ ਵੇ ਸਰਦਾਰ ਜੀ ਬਈ ਪਾਣੀ ਲਿਆ ਦੇ। ਮੈਨੂੰ ਤਾਂ ਪਾਗਲ ਲੱਗਦਾ ਸਰਦਾਰ ਜੀ। ਪਾਣੀ 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 ਪਿਆ ਦੋ। ਹੈਲੋ ਸਰਦਾਰ ਤੋਂ ਆਇਆ ਹੀ ਨਹੀਂ। ਆ ਜਾ ਸਰਦਾਰਾ। ਕੀ ਲੱਤ ਜੀ ਚਾਹੀ ਜਾਂਦਾ ਯਾਰ, ਗਲਾਸ ਤੋਂ ਲਿਆ ਤੇ ਛੋਟਾ ਵੀ ਵਿਆਹ ਹੋ ਰਿਹਾ ਹੋਵੇ। ਪਰ ਕਿੱਥੋਂ ਲਿਆਦਾ ਤੁਹਾਨੂੰ ਸਲਫਾਸ? ਸਲਫਾਸ ਤਾਂ ਖਾਣੀ ਬਹੁਤ ਔਖੀ ਹੈ। ਕਹਿਣ ਲੱਗੇ ਮੈਂ 3-4 ਵਾਰੀ ਟਰਾਈ ਕਰ ਲਈ, ਖਾਈ ਹੀ ਨਹੀਂ ਜਾਂਦੀ। ਮੈਂ ਇੰਨਾ ਦੁਖੀ ਹਾਂ ਮੇਰੇ ਘਰ ਵਾਲੇ ਤੋਂ, ਮੈਨੂੰ ਲਾਇਆ ਤੁਸੀਂ ਮੇਰੇ ਨਾਲ ਵੀ ਦੁਖੀ ਹੋ। ਜਿਹੜਾ ਇਨਸਾਨ ਸਲਫਾਸ ਦੀ ਗੱਲ ਕਰਦੇ ਹੋ, ਸਲਫਾਸ ਲੱਗਦੀ ਹੈ ਨਹੀਂ, ਉਹ 'ਚ ਸਮੈਲ ਹੀ ਇੰਨੀ ਹੈ। ਉਹ ਤਾਂ ਸੁਸਰੀ ਬੰਦ ਕਰਾ ਯਾਰ ਇਹਨੂੰ। ਜੇ ਤੁਸੀਂ ਇੰਨੇ ਤੰਗ ਹੋ ਨਾ, ਖਾ ਲਓ ਔਖੇ ਸੌਖੇ ਸਰਦਾਰ, ਮੇਰੇ ਤਾਂ ਲੰਘਦੀ ਨਹੀਂ ਹੈ। ਨਹੀਂ ਸਰਦਾਰ ਜੀ, ਕੁਛ ਨਹੀਂ ਕਿਹਾ ਆਪਣੇ। ਹੈਂ ਕੁਛ ਨਹੀਂ। ਹੈਲੋ ਹੈਲੋ, ਆ ਜੀ ਲੈ ਜਾਓ ਲੈ ਜਾਓ। ਬਸ ਸਰ ਗਿਆ। ਹਾਂ ਸਰ ਗਿਆ। ਕਿੱਥੇ ਪੰਗਾ ਲੈ ਲਿਆ ਭਾਗ ਲੈ। ਆ ਕੱਟਾ ਵੇਚ ਮੱਝ ਵੇਚ ਝੋਟੀ ਵੇਚ ਲੈ ਪੇ। ਅੱਛਾ ਕੰਜਰ ਦੇ ਤਾਂ ਕੱਟਾ ਮੱਝ ਵਾਲੇ ਨੇ ਓਏ। ਅਬੇ ਸਤਿ ਸ੍ਰੀ ਅਕਾਲ। ਬਾਬੇ ਸਤਿ ਸ੍ਰੀ ਅਕਾਲ। ਮੈਂ ਮੇਰਾ ਸਾਲ ਕਰਦੇ ਤੇ ਕੰਨ ਤੇ ਬਾਰੂਆ ਗਾਲ ਦਿੰਦਾ। ਬਾਬਾ ਜੀ ਮੇਰਾ ਮੇਰਾ ਸਤਿ ਸ੍ਰੀ ਅਕਾਲ ਬੁਲਾਉਂਦਾ ਤੀ। ਮੇਰਾ ਸਤਿ ਸ੍ਰੀ ਅਕਾਲ ਬੁਲਾਉਂਦਾ ਤੀ ਬਾਬੇ। ਅੱਛਾ ਅੱਛਾ ਅੱਛਾ, ਸੌਰੀ ਸੌਰੀ ਯਾਰ ਸੌਰੀ। ਅੱਛਾ ਅੱਛਾ, ਛੋਟੇ ਤਾਂ ਉਹ ਨਹੀਂ ਦੇਖੇ ਕੱਟੇ ਮੱਝ ਵਾਲੇ? ਉਹ ਤਾਂ ਇੱਧਰ ਨੂੰ ਲੰਘੇ ਬਾਬੇ। ਇੱਧਰ ਨੂੰ ਲੰਘੇ? ਪਿੱਪਲਾਂ ਹੀ ਥੱਲੇ ਹੁੰਦੇ ਨੇ, ਲੰਗਰ ਦੇ ਲਾਂਘੇ ਕਿੱਧਰ ਆ? ਉਹ ਬੈਠੇ ਮੇਰੇ ਭਰਾ ਬੋ, ਕਿੱਥੇ ਚੜ ਕੇ ਬੈਠ ਗਏ ਤੁਸੀਂ? ਉਹ ਹੈਲੋ ਕਿੱਥੋਂ ਲੈਦਾ ਯਾਰ ਤੈਨੂੰ ਆਈਫੋਨ? ਯਾਰ ਕੋਈ ਕੱਟਾ ਕੁੱਟਾ ਦੱਬ ਕਿਆ ਨੀ, ਸਾਰੇ ਪਿੰਡ 'ਚ ਗੇੜਾ ਦੇਤਾ, ਹਲੇ ਖੰਡ ਬਣ ਕੇ ਮਟਰੌਲਾ ਦੇ ਨਾਲ ਹੀ ਸਾਰ ਲੈ। ਹੋ ਬੈਠਾ ਕੰਜਰ ਦਾ। ਓ ਕੱਟੇ ਵਾਲੇ ਓਰੇ ਆ। ਓਏ ਆ ਕਿੱਧਰ ਆਉਂਦਾ ਚੁਰਿਆ ਦੇਖੀ। ਓਏ ਓ ਮੂਰੇ ਬੰਦਾ ਪਿਆ ਵਾ, ਕਿਤੇ ਕੋਪ ਖਪਾਉਂਦਾ। ਕਿੱਥੇ ਜਹਾਜ਼? ਓਏ ਜਹਾਜ਼ ਕਿੱਥੇ ਨੂੰ ਖਾਂਦਾ ਹੈ ਕੰਜਰ ਦਿਆ? ਜਹਾਜ਼ ਹੁਣ ਮੈਂ ਤਾਂ ਦਿਖਾ ਨੀ ਕਿੱਥੇ ਹੈ ਓਏ। ਬਾਲੀ ਤੜੀ ਲੱਗੀ। ਚੱਲ ਕੋਈ ਨਾ, ਉਹ ਵੀ ਪ੍ਰੇਸ ਨੀ ਕਰਾਉਣਾ ਸੀ ਤੇਰਾ। ਕੀ ਕਰਤਾ ਹੋਇਆ ਹਾਂ? ਕੀ ਹੋ ਗਿਆ ਇਹਨੂੰ? ਹੋ ਗਿਆ ਕਿ ਤੇ ਜਾ ਜਾਂਦੀ
ਕੀ ਕਰਤੀ ਜਵਾਕ ਦੀ ਚੱਲ ਕੋਈ ਨਾ ਬਾਈ ਓਹ ਕੀ ਗਿਆ ਓ ਤਾ ਜਿਹੜਾ ਬੰਦਾ ਗਾਲਤਾ ਯਾਰ ਅੱਛਾ ਤੂੰ ਇਹਨੂੰ ਕਹਿੰਦਾ ਸੀ ਵੀ ਜਹਾਜ਼ ਤੋਂ ਡਿੱਗੂਗਾ ਬੰਦਾ ਸ਼ੁਕਰ ਤੂੰ ਵੀ ਭੱਜਿਆ ਰਾਜੇ ਤੇਰੇ ਉੱਤੇ ਡਿੱਗ ਜਾਂਦਾ ਓਏ ਓ ਬਾਈ ਤੂੰ ਕੰਮ ਦੀ ਗੱਲ ਦੱਸ ਓਏ ਆ ਲਾ ਲਾ ਓ ਪਹਿਲਾਂ ਉਹਦਾ ਮਸ਼ੀਨ ਰਾਜਾ ਲਾ ਲਾ ਇਹਨੂੰ ਹੁਣ ਭੁੱਖ ਕੀ ਕਹਿਣਾ ਹੈਲੋ ਤੈਨੂੰ ਉੱਥੇ ਵੀ ਸੁਣਦਾ ਨਹੀਂ ਤੈਨੂੰ ਹੈਲੋ ਓ ਬੋਲ ਪਾ ਬਾਈ ਕੀ ਕੰਮ ਆਇਆ ਤੂੰ ਹੈਲੋ ਹੈ ਹਾਂ ਹਾਂ ਓ ਬੜਾ ਬੜਾ ਬੱਚਾ ਬੰਦਾ ਯਾਰ ਇਹਨੂੰ ਤੋੜ ਬਗੇ ਕੰਮ ਦੀ ਗੱਲ ਦੱਸ ਯਾਰ ਕੀ ਕਰਨਾ ਹੈਗਾ ਯਾਰ ਕਿੱਡੀ ਵੱਡੀ ਤਾਂ ਆਪਣੇ ਪਿੰਡ ਵਾਰਦਾਤ ਹੋਊਗੀ ਜਹਾਜ਼ ਤੋਂ ਬੰਦਾ ਡਿੱਗਿਆ ਓਏ ਜੇ ਕਿਤੇ ਟੋਪੇ ਤੇ ਡਿੱਗ ਜਾਂਦਾ ਓਏ ਓ ਬਾਈ ਤੂੰ ਕੰਮ ਦੀ ਗੱਲ ਦੱਸ ਦੇ ਉਹ ਕੀ ਕਰ ਰਹਾ ਉਹ ਤਾਂ ਦੱਸ ਦੇ ਕੀ ਕੰਮ ਆਇਆ ਤੂੰ ਸਾਡੇ ਕੋਲੇ ਇਹ ਕਿਹਾ ਜਿਹਾ ਬੰਦਾ ਹੈ ਇਹਨੂੰ ਕੋਈ ਅਚਰਜੇ ਹੀ ਨਹੀਂ ਹੋਇਆ ਵੀ ਬੰਦਾ ਡਿੱਗਿਆ ਉਹ ਕਿਹੜਾ ਬੰਦਾ ਯਾਰ ਓ ਬਾਈ ਕੋਈ ਬੰਦਾ ਨਹੀਂ ਡਿੱਗਿਆ ਯਾਰ ਉਹਦੇ ਥੱਲੇ ਪਿਆ ਸੀ ਉੱਥੇ ਤੂੰ ਕੰਮ ਦੀ ਗੱਲ ਦੱਸ ਯਾਰ ਕੀ ਆ ਹੈਲੋ ਹੈਲੋ ਹਾਂ ਕੰਮ ਦੀ ਗੱਲ ਦੱਸ ਦੇ ਕੀ ਹੈ ਕਿਉਂ ਬੁਲਾਇਆ ਗਾ ਇੱਥੇ ਅੱਛਾ ਕਿੱਧਰ ਗਿਆ ਜਿਹੜੇ ਜਹਾਜ਼ ਤੋਂ ਡਿੱਗਿਆ ਓਏ ਓ ਬਾਈ ਤੂੰ ਦੱਸ ਦੇ ਓਏ ਕੀ ਕੰਮ ਆਇਆ ਬਾਈ ਸਾਡੇ ਕੋਲੇ ਓਏ ਅੱਛਾ ਖੜ ਆਈ ਚਸ ਓ ਮੈਂ ਤਾਂ ਆਇਆ ਆ ਤੀ ਹਾਂ ਓ ਕੋਈ ਮੈਂ ਸਮੂਸ ਤੁਸੀਂ ਸਾਰਾ ਦਿਨ ਫਿਰਦੇ ਰਹਿੰਦੇ ਹੋ ਹਾਂ ਕੋਈ ਮੈਂ ਸਮੂਸ ਨਹੀਂ ਵਧੀਆ ਦੁੱਧ ਵਾਲੀ ਉਹ ਦੁੱਧ ਦਾ ਦਾੜੀ ਨਹੀਂ ਸੀ ਤਾਂ ਯਾਰ ਕਟਾਊ ਮਾਲ ਦਾ ਕੰਮ ਕਰਦੇ ਆ ਕੱਟੇ ਕੁੱਟੇ ਲੈਨੇ ਅਸੀਂ ਤਾਂ ਯਾਰ ਯੂਪੀ ਤੋਂ ਅਸੀਂ ਤਾਂ ਹੈ ਕੱਟੇ ਲੈਨੇ ਅਸੀਂ ਤਾਂ ਕੱਟੇ ਲੈਨੇ ਫਿਰ ਉਹ ਫਿਰਦੇ ਤਾਂ ਪੈਦਾ ਤਾਂ ਹੋਣਾ ਤੈਨੂੰ ਮੈਂ ਇਸਦਾ ਵਧੀਆ ਹੀ ਦਬਾ ਦੋ ਯਾਰ ਇਹਨੂੰ ਕਿਹੜਾ ਸੁਣਦਾ ਹੋਏ ਇਹਦੇ ਲਾਜੇ ਉਹ ਹੈਗੀ ਇੱਕ ਮੈਸਾ ਹੈ ਹੈਗੀ ਇੱਕ ਮੈਸਾ ਤੁਹਾਡੇ ਕੋਲ ਹਾਂ ਹੈ ਪੂਰੀ ਘੈਂਟ ਮੈਸਾ ਜੀ ਪੱਕੀ ਗੱਲ ਹੈ ਲੈਣੀ ਆ ਹਾਂ ਕਿੰਨੀ ਕੁ ਰੇਂਜ 'ਚ ਲਵੇਗਾ ਤੂੰ ਦੱਸ ਕਿੰਨੇ ਦੀ ਹੈ ਮੈਂ ਇਸ ਤਾਂ ਉਹ ਹੈਗੀ ਆ 50,000 ਦੀ ਮੇਰੀ ਗੱਲ ਸੁਣ ਨਾ ਤੇਰੀ ਨਾ ਮੇਰੀ ਆ ਚੱਕ ਪੂਰਾ 40,000 ਪੂਰਾ ਗਾ ਮਹਾਪੂਰਾ ਹੈ ਮੈਂ ਇਸ ਪੂਰੀ ਟੋਪ ਦੀ ਆ ਫਿਰ ਸਾਡੀ ਵੀ ਹੈ ਪੂਰੀ ਘੈਂਟ ਮੈਸ ਹੈਗੀ ਤਿੰਨ ਟਾਈਮ ਮਿਲਦੀ ਆ ਕੀ ਦਿੰਦੀ ਆ ਉਹ ਤਿੰਨ ਟਾਈਮ ਮਿਲਦੀ ਆ ਦਿੰਦੀ ਦੁੱਧ ਹੈਗੀ ਉਹ ਹੈਲੋ ਪੈਂਤੀ ਲੀਟਰ ਦਿੰਦੀ ਆ ਟੱਬ ਭਰ ਦੂਗੀ ਆ ਜਾ ਦਿਖਾ ਕੇ ਲਿਆ ਮੈਂ ਮੇਰਾ ਆ ਜਾ ਆ ਲੈ ਲਾ ਮੈਂ ਚੱਕ ਲੈਣਾ ਤਾਂ ਰੱਖੇ ਸੀ ਜਾ ਓਏ ਬੰਦਾ ਕਿੱਧਰ ਗਿਆ ਕੋਈ ਨਾ ਬੰਦਾ ਤਾਂ ਆਪ ਹੀ ਆ ਜਾਊਗਾ ਹੈਂ ਆ ਜਾ ਚੱਲੀਏ ਓ ਮੈਂ ਤੈਨੂੰ ਉਧਰ ਲੱਭੀ ਜਾਂਦਾ ਯਾਰ ਤੂਰੇ ਬਹਿ ਗਿਆ ਅਰੇ ਮੈਂ ਤਾਂ ਆ ਗਿਆ ਤਾਂ ਫਿਰ ਓਏ ਤੇਰਾ ਬਦਲਾ ਲੈ ਲਿਆ ਮੈਂ ਕਿਵੇਂ ਆ ਜਿਹੜਾ ਬੌਲਾ ਜਾਇਆ ਤੀ ਹੁਣ ਹਾਂ ਇਹਦੇ ਮੈਂ 40,000 ਨੂੰ ਚੇਪੀ ਲਾਤੀ ਅੱਛਾ ਉਹ ਜਿਹੜੀ ਆਪਾਂ ਮੈਸੇਜ ਨਹੀਂ ਲੈਤੀ ਤੀ ਫੰਡਰ ਜੀ ਹਾਂ ਹਾਂ ਉਹ ਮੈਂ ਇਹਨੂੰ ਵੇਚਤੀ 40,000 ਦੀ ਮੈਂ ਤਿੰਨ ਟਾਈਮ ਦੁੱਧ ਦਿੰਦੀ ਆ 35 ਲੀਟਰ ਕੌਣ ਸਾ 35 ਲੀਟਰ ਉਹ ਤਾਂ 1 ਲੀਟਰ ਵੀ ਨਹੀਂ ਦੇਗੀ ਚੱਲ ਆਪਾਂ ਨੂੰ ਕੀ ਆ ਯਾਰ ਭਵੇਂ ਜਾਂਦੀ ਲੱਤ ਮਾਰ ਜਾ ਆਪਾਂ ਨੇ ਕੀ ਲੈਣਾ ਨਾਲੇ ਮੇਰੀ ਗੱਲ ਸੁਣ ਆਪਾਂ ਨੂੰ ਸਿੱਧਮ ਸਿੱਧਾ ਨਾ 25,000 ਰੁਪਇਆ ਬਚ ਗਿਆ ਅੱਛਾ ਯਾਰ ਮੈਂ ਨਾ ਮੇਰੀ ਯਾਰ ਘਰ ਵਾਲੀ ਨੂੰ ਨਾ ਮੋਬਾਈਲ ਲੈ ਕੇ ਦੇਣਾ ਬਈ ਆਈਫੋਨ ਹਾਂ ਤੂੰ 10,000 ਨਾਲ ਸਾਰ ਲਾ ਹਜੇ ਬਾਕੀ ਮੈਂ ਉਹਦਾ ਕਰਨਾ ਠੀਕ ਹੈ ਕੋਈ ਬਾਤ ਨਹੀਂ ਦੱਸ ਦੇ ਦੇ ਹਾਂ ਲੈ 10 ਲੈ ਲੈ ਤੇ ਆ ਲੈ ਗਿਣੀ ਬਹੁਤ ਹੈ 10,000 ਫਿਰ ਹੋਰ ਲੈ ਲਾ ਖੁਸ਼ੀ 'ਚ ਕੋਈ ਚੱਕਰ ਨਹੀਂ ਠੀਕ ਹੈ ਠੀਕ ਸਰ ਵਧੀਆ ਬਣ ਗਿਆ ਸੀ ਆਪਣਾ ਕੰਮ ਹਾਂ ਤੇ ਨਾਲ ਉੱਠ ਖੜਾ ਆ ਜਾ ਨਾਲ ਆਪਾਂ ਹੋਰ ਦੇਖਦੇ ਕੋਈ ਡੰਗਰ ਦਿੰਦੇ ਹਾਂ ਹੁੱਕ ਆ ਜਾ ਚੱਕ ਨਹੀਂ ਚੱਕ ਤਾਂ ਕੜੇ ਤੋਂ ਕੋਲਾ ਜੱਟ ਦੇ ਤੇ ਇਹੋ ਜਿਹਾ ਕੀ ਕਰਿਆ ਯਾ ਤੂੰ ਮੇਰੀ ਗੱਲ ਸੁਣ
ਕਿਤੇ ਬੇਰਕਾਲਾਂ ਦਾ ਨੰਬਰ ਲੈ ਤੂੰ, ਉਹਨਾਂ ਨੂੰ ਕਹਿ ਸਿੱਧਾ ਗੱਡੀ ਸਾਡੇ ਬਾਰ ਕੇ ਲਾਇਆ ਕਰੋ, ਇੰਨਾ ਦੁੱਧ ਹੋ ਗਿਆ ਆਪਣੇ ਤੇ ਕੀ ਕਹੀ ਜਾਂਦਾ। ਲੈ ਮੇਰੇ ਸਹੁਰੇ ਦੇ ਦੀ, ਹੁਣ ਬੰਬਾਂ ਦਾ ਕੀ ਕਰੇਗੀ ਤੂੰ, ਨਾਸਾਂ ਦੇ ਲਵੇਂਗੀ ਬੰਬਾਂ ਨੂੰ। ਓਹੋ ਬੇ ਮਰ ਜਾਣਿਆ, ਇਹਨੂੰ ਠੀਕ ਕਰ ਲਾ। ਮੈਂ ਇੱਥੇ ਤੋਂ ਦੱਸ ਕਿਹੜੇ ਬੰਬ ਮੰਗਾਏ ਨੇ। ਹੈਲੋ ਹੈਲੋ ਬੇ, ਮੈਂ ਤਾਂ ਇਹ ਕਹਿੰਦੀ ਹਾਂ ਵੀ ਬੇਰਕਾਲਿਆਂ ਦਾ ਨੰਬਰ ਲੈ ਕੇ ਦੱਸ ਕੀ ਕਰੇਗਾ। ਨਹੀਂ ਮੈਂ ਤਾਂ ਉਹ ਕਹਿਣਾ, ਮੈਂ ਇਸ ਲਿਆ ਮੈਂ ਮਹਿਸ, ਦੇਖੀ ਤੂੰ ਤਿੰਨ ਟਾਈਮ ਮਿਲੂਗੀ ਜਿੰਨਾ ਤੋਂ ਲਿਆਇਆ ਮੈਂ। ਹਾਏ ਵੇ ਸੱਚੀ ਲਿਆਂਦੀ? ਹਾਂ ਸੱਚੀ ਕਹਿਣਾ, ਤੂੰ ਦੇਖੀ ਤੂੰ ਚੋਂਦੀ ਥੱਕ ਜਾਏਗੀ ਉਹਨੂੰ, ਤਾਂ ਹੀ ਤਾਂ ਕਹਿਣਾ ਵੀ ਬੇਰਕਾਲਿਆਂ ਨੂੰ ਸਿੱਧੀ ਗੱਡੀ ਵੀ ਮੰਗਾ ਲਿਆ ਕਰੀ। ਵੇ ਬੇਰਕਾਲਿਆਂ ਤੋਂ ਕੀ ਕਰਾਉਣਾ, ਪਹਿਲਾਂ ਤਾਂ ਆਪਾਂ ਦੁੱਧ ਇਕੱਠਾ ਕਰਕੇ ਘਰੇ ਖੋਆ ਕੱਢਾਂਗੇ, ਫਿਰ ਗਲਾਸ ਭਰ ਭਰ ਕੇ ਪੀਵਾਂਗੇ, ਫਿਰ ਕਰਾਂਗੇ ਬੇਰਕਾਲਿਆਂ ਨਾਲ ਗੱਲਬਾਤ। ਕਾਹਤੋਂ ਲੜੇਂਗੇ ਉਹਨਾਂ ਨਾਲ? ਬੇ ਮੇਰੀ ਗੱਲ ਸੁਣ ਚੌਰਿਆ, ਇਹਨੂੰ ਹਲਾ ਲਾ ਬੇ, ਉਹਨਾਂ ਨਾਲ ਮੈਂ ਗੱਲ ਕਰਕੇ ਕੀ ਕਰਾਉਣਾ, ਮੱਥਾ ਤਾਂ ਮੇਰੇ ਤੋਂ ਤੇਰੇ ਨਾਲ ਨਹੀਂ ਮਾਰਿਆ ਜਾਂਦਾ। ਹੈਲੋ ਹੈਲੋ ਹੈਲੋ, ਕਿਹਨੇ ਮਾਰਿਆ ਰੋੜਾ? ਹੋਏ ਹੋਏ ਬੇ, ਮੈਂ ਤੈਨੂੰ ਕਦੋਂ ਆਖਿਆ ਵੀ ਰੋੜਾ ਮਾਰਿਆ ਲੈ ਜਾਣੇ ਹਾਂ, ਪਹਿਲਾਂ ਠੀਕ ਕਰ। ਆ ਗਈ ਆ ਗਈ ਆ ਗਈ ਆ ਗਈ ਬਾਜੀ ਆ ਗਈ ਆ ਗਈ। ਮੈਂ ਤੈਨੂੰ ਐਂ ਆਖਿਆ ਵੀ ਆਪਾਂ ਬੇਰਕਾਲਿਆਂ ਨੂੰ ਫੋਨ ਕਰਕੇ ਕੀ ਕਰਾਉਣਾ, ਪਹਿਲਾਂ ਆਪਾਂ ਘਰੇ ਖੋਆ ਕੱਢਾਂਗੇ, ਬੇ ਗਲਾਸ ਭਰ ਭਰ ਕੇ ਪੀਵਾਂਗੇ, ਨਾਲੇ ਆਂਡੀਆਂ ਗੁਆਂਢੀਆਂ ਨੂੰ ਪਿਆਵਾਂਗੇ, ਫਿਰ ਨਾਲੇ ਰਿਸ਼ਤੇਦਾਰੀ 'ਚ ਖੋਆ ਕੱਢ ਕੇ ਤੋਰਾਂਗੇ ਆਪਾਂ। ਚੱਲ ਠੀਕ ਹੈ, ਖੈਰ ਭੱਜ ਕੇ ਮੈਂ ਦੇਖ ਕੇ ਬਾਗਲ 'ਚ ਖੜੀ ਹੈ। ਆ ਮਾਜਾ ਫੇਰ ਮਾਰਾ ਮੈਂ ਲੈ ਕਮਲੀ, ਮੈਂ ਦੇਖ ਕੇ ਜ਼ਿੰਦਗੀ 'ਚ ਪਹਿਲਾ ਸੌਦਾ ਕਰਿਆ ਮੈਂ ਦੇਖ। ਚੱਲ ਚੰਗਾ, ਹੁਣ ਤੂੰ ਐਂ ਕਰ ਇੱਥੇ ਖੜ ਕਰੇ ਤੇ ਮੈਂ ਭੱਜ ਕੇ ਦੇਖ ਕੇ ਆਉਣੀ ਆ ਬਾਹਰਲੇ ਘਰੇ। ਮੈਂ ਬੈਠਿਆ ਬੈਠਿਆ ਤੇ ਭੱਜ ਕੇ ਦੇਖ ਕੇ। ਚੰਗਾ, ਪਹਿਲਾ ਸੌਦਾ ਮੇਰਾ ਜ਼ਿੰਦਗੀ ਦਾ, ਦੇਖੀ ਤੈਨੂੰ ਖੁਸ਼ ਕਰ ਦੂਗਾ। ਮੇਰੇ ਨਾਲੇ ਦੀ ਇੱਦਾਂ ਖੁਸ਼ ਹੋ ਗਈ ਓਏ, ਜਦੋਂ ਮੈਂ ਉਹ ਨਹੀਂ ਦੇਖੀ ਇੰਨਾ ਖੁਸ਼। ਲੈ ਮੈਂ ਤਾਂ ਦਬਾ ਦਬ ਮੱਝ ਦੇਖਾਂ ਪਹਿਲਾਂ। ਹਾਏ ਮੈਂ ਮਰ ਜਾ, ਕੁੜੇ ਥੇ ਹੁਣ ਇਹਨੂੰ ਮੱਝ ਦੱਸਦਾ। ਮਰ ਜਾਣਾ, ਪਤਾ ਨਹੀਂ ਕਿਤੋਂ ਚੇਪੀ ਲਵਾ ਗਿਆ ਹੈ, ਲੈ ਜਾਣੇ ਨੇ ਦੇਖੀ ਨਹੀਂ ਕਰੀ ਨਹੀਂ ਫੰਡਰ ਚੱਕ ਲਿਆ ਆ। ਲੈ ਜਾਣਾ ਬੜਾ ਚੌੜਾ ਹੋ ਕੇ ਕਹਿੰਦਾ, ਉਹ ਕਿ ਬੇਰਕਾਲਿਆਂ ਨੂੰ ਫੋਨ ਕਰਦੇ। ਮਰ ਜਾਣੇ ਆ ਵੀ ਬੇਰਕਾਲਿਆਂ ਨੂੰ ਫੋਨ ਮੈਂ ਦੱਸ ਕਰਕੇ ਕੀ ਕਰਾਉਣਾ, ਉਹਦੀ ਬੇਇੱਜ਼ਤੀ ਕਰਾਉਣੀ ਹੈ। ਮੇਰੀ ਸਮਝ ਨਹੀਂ ਆਉਂਦਾ ਚੌਰਾ ਚੇਪੀ ਲਵਾ ਕੀ ਤੋਂ ਗਿਆ, ਮੈਨੂੰ ਲੱਗਦਾ ਫਰੀ ਫਰੂ ਚ ਹੀ ਬੰਨ ਗਿਆ ਕੋਈ, ਐਂ ਤਾਂ ਕੌਣ ਅੱਜ ਕੱਲ੍ਹ ਉਹ ਕਰਦਾ ਗਾ ਹੈ ਨਾ। ਕੋਈ ਨਹੀਂ ਜਾ ਕੇ ਗੱਲ ਕਰਦੀ ਹਾਂ, ਮਰ ਜਾਣੇ ਨੇ ਇੰਨਾ ਚਿੱਤ ਬਾਗੋ ਬਾਗ ਸੀਗਾ, ਸਾਰੀ ਮਿੱਟੀ ਪਲੀਤ ਕਰਕੇ ਰੱਖਤੀ। ਚੱਲ ਇੱਕ ਤਾਂ 18:12 'ਚ ਤਾਰ ਹੱਲ ਜਾਂਦੀ ਹੈ, ਬੇਇੱਜ਼ਤੀ ਕਰਾ ਦਿੰਦੀ ਹੈ। ਹੈਲੋ ਹੈਲੋ ਹੈਲੋ, ਕੀ ਹੋ ਗਿਆ ਬੇ, ਹੋਣਾ ਕੀ ਆ, ਉਹਦੇ ਮਗਰ ਕੋਈ ਕੱਟੀ ਬੱਚੀ ਤਾਂ ਹੈ ਨੀ। ਹੈ ਦੁਰ ਫਿੱਟੇ ਮੂੰਹ, ਇਹ ਜੀ ਕਿਹੜੀ ਮੈਂਸ ਆ ਜਿਹੜੀ ਸਿੱਧੀ ਲੱਸੀ ਦਿੰਦੀ ਹੈ, ਪਹਿਲਾਂ ਉਹ ਚੋਣੀ ਪਊ, ਫਿਰ ਉਹਦਾ ਦੁੱਧ ਕੱਢ ਕੇ ਤਪਲੇ ਦੇ ਵਿੱਚ ਗਰਮ ਕਰਨਾ ਪਊ, ਫਿਰ ਉਹ ਜਮਾਉਣਾ ਪਊ, ਫਿਰ ਉਹ ਰਿੜਕਣਾ ਪਊ, ਫਿਰ ਕਿਉਂ ਆਊ, ਫਿਰ ਕਿਤੇ ਲੱਸੀ ਬਣੂਗੀ। ਇਹੋ ਜਿਹੀ ਕਿਹੜੀ ਮੈਂਸ ਆ ਮੇਰੇ ਸਾਲੇ ਦੀ ਜਿਹੜੀ ਸਿੱਧੀ ਲੱਸੀ ਦਿੰਦੀ ਹੈ। ਬੇ ਮੇਰੀ ਗੱਲ ਸੁਣ ਬੇ, ਆ ਤੇਰੇ ਟ੍ਰਾਂਸਫਾਰਮ ਜਿਹਦੀ ਤਾਰ ਹਲਾਲਾ ਹਲਾਲਾ ਲੈ ਜਾਣਿਆ। ਹੈਲੋ ਬੇ, ਆ ਗਈ ਬਾਜ? ਹਾਂ ਬੇ, ਮੈਂ ਐਂ ਆਖਿਆ ਵੀ ਉਹਦੇ ਮਗਰ ਕੋਈ ਕੱਟੀ ਬੱਚੀ ਤਾਂ ਹੈ ਨੀ ਗੀ, ਬੇ ਨਾ ਕੋਈ ਲਿਆਉਟਾ ਲੈ ਜਾਣਿਆ, ਤੂੰ ਦੱਸ ਕਿੱਥੋਂ ਦੁੱਧ ਲਿਆਵੇਂਗਾ, ਗੱਲਾਂ ਕਰਦਾ। ਹਾਂਜੀ ਫਿਰ ਮੈਂ ਤਾਂ ਕੋਟਾ ਹੋ ਕੇ ਦੇਖੀ ਨੀ, ਉਹਦਾ ਲਿਆਉਟਾ ਲਿਆਟਾ ਤਾਂ ਨੀ। ਮੈਂ ਮਰ ਜਾਣਿਆ ਫਿਰ ਮੈਂ ਦੇਖਣਾ ਸੀਗਾ, ਹਜੇ ਕਹਿੰਦਾ ਬੇਰਕਾਲਿਆਂ ਨੂੰ ਫੋਨ ਕਰਦੇ ਵੀ ਲੈ ਜਾਣਿਆ, ਵੀ ਤੈਨੂੰ ਕੋਈ ਚੇਪੀ ਲਾ ਗਿਆ, ਚੇਪੀ ਮਰਨਿਆ। ਉਹ ਮੇਰੇ ਸਾਲੇ ਗੰਜੇ ਜੇ, ਕਹਿੰਦੇ ਉਹ ਆਪੇ ਕਹਿੰਦੇ ਤੇ ਕਹਿੰਦੇ ਬਾਈ ਤਿੰਨ ਵਾਰੀ ਚੋਲੀ ਚ ਇਹ। ਬੇ ਹਾਏ ਹਾਏ ਬੇ, ਮਰ ਜਾਣਿਆ ਤੂੰ ਅੰਨਾ ਸੀਗਾ, ਬੇ ਤੇਰੀਆਂ ਅੱਖਾਂ ਕ ਬਾਂਟੇ ਸੀ, ਦੇਖ ਤਾਂ ਲੈਂਦਾ ਲੈ ਜਾਣਿਆ, ਜਵਾਨ ਤਾਂ ਇੰਨੀ ਚਲਾਉਣਾ ਆਪਦੀ। ਬੇ ਮੇਰੀ ਗੱਲ ਸੁਣ ਉਰਿਆ ਉਰਿਆ, ਬੇ ਗੱਲ ਸੁਣ ਉਰਿਆ, ਮੈਨੂੰ ਐਂ ਦੱਸ ਵੀ ਕਿੰਨੇ ਦੀ ਲਿਆ? 40,000 ਦੀ। 40,000 ਦੀ? ਹਾਂ ਤੇਰੇ ਕੋਲ ਪੈਸੇ ਕਿੱਥੋਂ ਆਏ? ਉਹ ਤਾਂ ਭੋਲਾ ਦੇ ਗਿਆ ਦੀ ਜ਼ਮੀਨ ਦੇ ਠੇਕੇ ਦੀ ਸਾਈ। ਹਾਏ ਮੈਂ ਮਰ ਜਾ। ਲੈ ਦੇਖ ਲਾ ਵੀ ਜਦੋਂ ਚੰਗਾ ਭਲਾ ਪਤਾ ਵੀ ਇਹ ਕਲਸ਼ਣਾ ਕਿਸੇ ਕੰਮ ਦਾ ਹੈ ਨੀ, ਵੀ ਮੈਨੂੰ ਫੜਾ ਜਾਂਦਾ। ਦੱਸ ਹੈ ਵੀ ਮੇਰੀ ਗੱਲ ਸੁਣ, ਇੱਧਰ
मेरी गल सुन लै एक मिनट, ना तो मज किस काम की आ, मैनू पैसे चाहिए आ पैसे बस, मैनू नहीं पता जिथों मर्जी लेके आ। पैसे ते नहीं तितर हो जा, ओना चिर बड़ी ना घरे आहा टूटगा जी ला के सुन ला भी, ओना चिर घरे ना बड़ी जिन्ना चिर तेरे को पैसे ना आए, समझ गया? किनू मुंद ला पैसे लिया के दे, पैसे घरों तितर हो जा, जिन्ना चिर तेरे कोल पैसे नहीं ना ते उन्ना चिर घरे पैर पाउण दी लोड़ नहीं तैनू, जा निकल जा इथों। बाके पुके नहीं, मैनू नहीं पता, चल 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 तुर चल तुर, तैनू माए भेज दी हूं, चल निकल निकल। मैनू पता नहीं तेरा गुस्सा थोड़ी चढ़ता, घर आ जाने किधर चाह पीता तू, कहीं घर आ जा कहनी मैं उच्चा सुनता। लै दस कहनी घरों भग जा, पैसे लेके आई आई कि पैसे साले झाड़ा ते लगते ने। हुण तुसी एक मिनट करके दस्यो भी बदला लवा कि ना लवा, कि सरफांस खावा, दस्यो कमेंट करके जरूर दस्यो, ये अगला भाग चाहिए कि ना, नाले शेयर कर दियो, कमेंट तो जरूर करियो, जरूर करियो।